ਤਾਨੂੰ ਸਿੱਖ ਕਹਿਣ ਲੱਗੇ ਥੋੜੀ ਸ਼ਰਮ ਆ ਰਹੀ ਹੈ ਕਿ ਮੈਂ ਤੁਹਾਨੂੰ ਸਿੱਖ ਵੀ ਕਿਦਾਂ ਕਹਾਂ ਕਿਉਂਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਮੰਨੇ ਜਾ ਰਹੇ ਆ ਔਰ ਲੋਕ ਜੋ ਸਿੱਖ ਜਿਹੜੇ ਕਹਿੰਦੇ ਆ ਕਿ ਦੰਗੇ ਭੜਕਾਉਣ ਦੇ ਵਿੱਚ ਮੁੱਖ ਦੋਸ਼ੀ ਜਿਹੜੇ ਨੇ ਉਹ ਜਗਦੀਸ਼ ਟੈਟਲਰ ਤੇ ਸੱਜਨ ਕੁਮਾਰ ਸਿਗੇ ਤੁਸੀਂ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ ਹੋ ਤੁਸੀਂ ਸਿੱਖੀ ਦੀ ਗੱਲ ਕਰਦੇ ਆ ਸਿੱਖੀ ਦਾ ਸਰਟੀਫਿਕੇਟ ਲੈਣ ਦੀ ਮੈਨੂੰ ਕਿਸੇ ਤੋਂ ਜ਼ਰੂਰਤ ਨਹੀਂ ਜੇ ਮਾਨਯੋਗ ਅਦਾਲਤਾਂ ਨੇ ਅੱਜ ਤੱਕ ਸਾਡੇ ਮਾਨਯੋਗ ਸ਼੍ਰੀ ਜਗਦੀਸ਼ ਟੈਟਲਰ ਜੀ ਨੂੰ ਬੇਗੁਨਾ ਮੰਨਿਆ ਤੇ ਫਿਰ ਮੈਂ ਜਾਂ ਤੁਸੀਂ ਤਾਂ ਕੋਈ ਕਹਿਣ ਵਾਲੇ ਨਹੀਂ ਹੈਗੇ ਕਿ ਟਾਈਟਲਰ ਸਾਹਿਬ ਦੋਸ਼ੀ ਨੇ ਅਸੀਂ ਅਸੀਂ ਕਹਿ ਵੀ ਅਸੀਂ ਕਹਿ ਵੀ ਨਹੀਂ ਰਹੇ ਲੁਧਿਆਣੇ ਦੀ ਅਦਾਲਤਾਂ ਨੇ ਮਾਣੇ ਹੋ ਕੇ ਅਦਾਲਤਾਂ ਨੇ ਅੱਤਵਾਦੀ ਜਗਤਾਰ ਹਵਾਰੇ ਨੂੰ ਕਈ ਕੇਸਾਂ ਚੋਂ ਬਰੀ ਕੀਤਾ ਤੇ ਉਹਨਾਂ ਨੂੰ ਫਿਰ ਕਿਦਾਂ ਅੱਤਵਾਦੀ ਅੱਤਵਾਦੀ ਕਹ ਰਿਹਾ ਜਗਤਾਰ ਹਵਾਰਾ ਜਨਮ ਦਿਨ ਮਨਾਣਾ ਹੀ ਉਹਨਾਂ ਦਾ ਤੁਸੀਂ ਆਪਣਾ ਸੋਸ਼ਲ ਮੀਡੀਆ ਤੋਂ ਅਕਾਊਂਟ ਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਆਜ਼ਾਦ ਦੇਸ਼ 'ਚ ਰਹ ਰਹੇ ਆ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਕੁਝ ਵੀ ਕਿਸੇ ਟਾਈਮ ਵੀ ਕਿਸੇ ਦੀ ਭਾਵਨਾ ਮਨਾਉਣ ਠੇਸ ਪਾ ਸਕਦੇ ਆ ਤੁਸੀਂ ਉਹਨਾਂ ਨੂੰ ਮਾਨ ਜੋ ਕਹਿ ਸਕਦੇ ਹੋ ਕਈ ਲੋਕ ਨਹੀਂ ਮਾਨ ਜੋ ਕਹਿੰਦੇ ਹੋਣਗੇ ਤੁਸੀ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਉਹਨਾਂ ਦੇ ਵੀ ਆਪਣਾ ਧਿਆਨ ਚ ਰੱਖ ਕੇ ਜਾਂ ਦਿਮਾਗ ਚ ਰੱਖ ਕੇ ਗੱਲ ਕਰ ਲੈਂਦੇ ਕਿ ਬਸ ਜੋ ਉਹ ਕਹਿ ਰਹੇ ਨੇ ਕਿ ਸਿਰਫ ਚਪਲ ਚੱਟ ਜਾਂ ਬੂਟ ਚੱਟ ਉਹ ਕਹਿ ਰਹੇ ਨੇ ਉਹ ਉੱਥੇ ਤੱਕ ਠੀਕ ਆ ਕਿ ਹਾਂ ਵੀ ਅਸੀਂ ਉਹ ਵਕਈ ਉਹ ਚੀਜ਼ ਹੈਗੀ ਆ ਪਿੱਛੇ ਪਿੱਛੇ ਕੀਤੀਆਂ ਨੇ ਜੇ ਯੁੱਤ ਸੀਗੀ ਤੇ ਮੇਰੇ ਸਾਹਮਣੇ ਆਣ ਕੇ ਕਰਦੇ ਤੁਸੀਂ ਵੀ ਦੇਰ ਰਾਤ ਕਿਉਂ ਬੋਰਡ ਲਵਾਏ ਸਵੇਰੇ ਲਵਾਉਂਦੇ ਸਵੇਰੇ ਲਗਾਉਂਦੇ ਤੇ ਪਤਾ ਲੱਗ ਜਾਂਦਾ ਕਿ ਉਹ ਜਿੰਦੀ ਜਮਾਦਦੇ ਹੈਗੇ ਕਿ ਤੁਸੀਂ ਜਿੰਦੀ ਜਮਾਦਦੇ ਸੀਗੇ ਜਿਹੜੋ ਲਾਂਹਦੇ ਸੀ ਤੁਸੀਂ ਉੱਥੇ ਕਿਉਂ ਨਹੀਂ ਪਹੁੰਚੇ ਤੇ ਮੇਰਾ ਵੀ ਖੁੱਲਾ ਚੈਲੰਜ ਹੈ ਤੁਹਾਨੂੰ ਜੇ ਮੇਰੇ ਮਾਨਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਦੇ ਤੁਸੀਂ ਸਾਡੇ ਬੋਰਡ ਲਾਏ ਨੇ ਤੇ ਆਪਦੇ ਭਿੰਡਰਾ ਵਾਲੇ ਹੱਤਵਾਦੀ ਦੇ ਬੋਰਡ ਬਚਾ ਕੇ ਰੱਖਿਓ ਸਾਡਾ ਪਵਿੱਤਰ ਅਸਥਾਨ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਬਾਹਰ ਵੀ ਇੱਕ ਪਿੰਡਰਾਵਲੇ ਦਾ ਬੋਰਡ ਲੱਗਿਆ ਜੇ ਇੱਕ ਦਰਬਾਰ ਸਾਹਿਬ ਦੀ ਲੰਗਰ ਹਾਲ ਸਰਾਹ ਵਾਲੀ ਐਂਟਰੀ ਦੇ ਵੀ ਬੋਰਡ ਲੱਗਿਆ ਜੇ ਖੁੱਲਾ ਸੱਦਾ ਦਿਨਾ ਇਹਨਾਂ ਨੂੰ ਤੇ ਮੇਰਾ ਚੈਲੰਜ ਸੈਪਟ ਕਰਨ ਆਪਦੇ ਬੋਰਡ ਬਚਾ ਕੇ ਰੱਖਣ ਕਾਲੋ ਮੜ ਕੇ ਆਵਾਂਗੇ ਛਿਦਰਾ ਦਾ ਹਾਰ ਪਾਵਾਂਗੇ ਤੁਹਾਡੇ ਕੁੱਤੇ ਅਤਵਾਦੀ ਇਹਨੂੰ ਤੂੰ ਵੀ ਗੱਲ ਗਲਤੀ ਮੰਨਦੇ ਤੂੰ ਇੱਕ ਗਲਤੀ ਮੰਨਦੇ ਹੋ ਕਿ ਉਹਨਾਂ ਦੇ ਸਿਰ ਤੇ ਰਮਾਲ ਹੋਣਾ ਚਾਹੀਦਾ ਜੇ ਤੂੰ ਫੋਟੋ ਲਗਾਉਣੀ ਵੀ ਦੀ ਨੰਗੇ ਸਿਰ ਕਿੱਦਾਂ ਮੇਰਾ ਤਾਂ ਦਿਲ ਕਰਦਾ ਪਿਆ ਸੀ ਤੁਹਾਨੂੰ ਉੱਥੇ ਤੋਂ ਹੀ ਮਿਲਦੇ ਨੇ ਮੈਂ ਤੁਹਾਡੇ ਇੱਕ ਤਾਂ ਥੱਪੜ ਵੀ ਲਾ ਦਰਾ ਸੀ ਕਿ ਅਸੀਂ ਗੁਰੂ ਸਾਹਿਬਾਂ ਦੇ ਅੰਦਰ ਜਾਂਦੇ ਆ ਤੇ ਸਿਰ ਤੇ ਟੱਕ ਕੇ ਜਾਂਦੇ ਆ ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆ ਉਹ ਬਿਨਾਂ ਤੁਸੀਂ ਉਹਨਾਂ ਦੇ ਸਿਰ ਟੱਕੇ ਦੀ ਫੋਟੋ ਲਾਤੀ ਕੁਰਸੀ ਲੈਣ ਵਾਸਤੇ ਜਾਂ ਟਿਕਟ ਲੈਣ ਵਾਸਤੇ ਚਾਪ ਲੂਸੀ ਜਲਦੀ ਹੋਵੇ ਟਾਈਟਲਰ ਸਾਹਿਬ ਸਾਡੇ ਸਿਰ ਦਾ ਤਾਜ ਨੇ ਇਹ ਸੇਧਤਾ ਦਾ ਪੱਗ ਨੂੰ ਵੀ ਕਹਿੰਦੇ ਉਹਨਾਂ ਨੇ ਵੀ ਕਈ ਜਿਹਨਾਂ ਨੇ ਸਿੱਖ ਦੀਆਂ ਸਿੱਖਾਂ ਦੀਆਂ ਪੱਗਾਂ ਲਾਤੀਆਂ ਤੁਸੀਂ ਉਹਨਾਂ ਨੂੰ ਸਿੱਖਾ ਸਾਰ ਇੱਕ ਇੱਕ ਪਾਈ ਦਾ ਹਿਸਾਬ ਲਵਾਂਗੇ ਜ਼ਰੂਰ ਲਵਾਂਗੇ ਮਾਣ ਲੋਗੇ ਇਸ ਤਰ੍ਹਾਂ ਲੋਗੇ ਪਾਈ ਪਾਈ ਦਾ ਸਾਰ ਕੋਈ ਰੋਡ ਮੈਪ ਬਣਾਇਆ ਉਹਦਾ ਕੁਝ ਪਾਈ ਪਾਈ ਦਾ ਕਿਸ ਤਰ੍ਹਾਂ ਹਿਸਾਬ ਲੈ ਲੋਗੇ ਦਿੱਲੀ ਦੇ ਵਿੱਚ ਵੀ ਸਿੱਖ ਵੱਸਦੇ ਨੇ ਦਿੱਲੀ ਦੇ ਵਿੱਚ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਦਿੱਲੀ ਦੇ ਵਿੱਚ ਇੰਨਾ ਵਰਗੇ ਝੂਠੇ ਖੋਤੀ ਗद्दार ਕੌਮ ਦੇ ਗद्दार ਨਹੀਂ ਹੈਗੇ ਕਿਤੋਂ ਦੇ ਕੌਮ ਦੇ ਗद्दार ਉਹਨਾਂ ਨੂੰ ਕਹਿੰਦਾ ਕੌਮ ਦੇ ਗਦਾਰੀ ਨੇ ਬਰਗਾੜੀ ਕਾਢ ਹੋਇਆ ਕੀ ਫੈਸਲੇ ਲੈ ਲੈਣਾਂ ਨੇ ਸਿੱਖ ਪੰਥ ਵਾਸਤੇ ਕਿਹੜੀਆਂ ਇਹਨਾਂ ਨੇ ਵੱਡੇ ਤੀਰ ਮਾਰ ਦਿੱਤੇ ਤੁਹਾਡੀ ਸਰਕਾਰ ਹੁਣ ਪੰਜਾਬ ਦੇ ਮੌਜੂਦ ਹੈ ਤੁਸੀਂ ਦਿਓ ਟੰਗੋ ਜਿਹੜੇ ਬਰਗਾੜੀ ਦੇ ਅੱਗੇ ਸੀਗੇ ਦੋਸ਼ੀ ਸੀਗੇ ਟੰਗੋ ਉਹਨਾਂ ਨੂੰ ਇਹ ਕੋਈ ਛੋਟੀਆਂ ਮੋਟੀਆਂ ਇਨਕੁਆਇਰੀਆਂ ਨਹੀਂ ਆ ਇਹ ਆਟਾ ਨਹੀਂ ਆ ਦੋ ਬੋਕਾਡਾ ਪਾਇਆ ਇੱਕ ਗਲਾਸ ਪਾਣੀ ਛੁੱਟਿਆ ਤੇ ਉਹਨੂੰ ਗੁੰਨ ਲਿਆ ਨਹੀਂ ਬੀਤੀ ਰਾਤ ਅਮਰੀਕਾ ਦੇ ਮਜੀਠਾ ਰੋਡ ਤੇ ਜਗਦੀਸ਼ ਟਾਈਟਲਰ ਦੇ ਬੋਰਡ ਲਗਾਏ ਗਏ ਅਤੇ ਜਨਮ ਦਿਨ ਦੀਆਂ ਮੁਬਾਰਕਬਾਦਾਂ ਦਿੱਤੀਆਂ ਗਈਆਂ ਹਾਲਾਂਕਿ ਜਗਦੀਸ਼ ਟਾਈਟਲਰ ਦਾ ਨਾਮ 1984 ਦੇ ਵਿੱਚ ਸਿੱਖਾਂ ਦੇ ਦੰਗੇ ਪੜਕਾਉਣ ਦੇ ਵਿੱਚ ਪ੍ਰਮੁਖਤਾ ਤੇ ਲਿੱਤਾ ਜਾਂਦਾ ਹੈ ਅਤੇ ਉਹ ਬੋਰਡ ਜਿਹੜੇ ਵਿਅਕਤੀ ਵੱਲੋਂ ਲਗਵਾਏ ਗਏ ਸੀ ਕਾਂਗਰਸੀ ਨੇਤਾ ਵੱਲੋਂ ਲਗਵਾਏ ਗਏ ਸੀਗੇ ਕਰਮਗਿਲ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਨੂੰ ਇੱਕ ਸਾਬਤ ਸੂਰਤ ਹੁੰਦਿਆਂ ਬਿਲਕੁਲ ਹੀ ਸ਼ਰਮ ਨਹੀਂ ਆਈ ਕਿ ਇਸ ਤਰ੍ਹਾਂ ਦੇ ਜਿਹੜੇ ਬੋਰਡ ਆ ਉਹ ਲਗਵਾਏ ਗਏ ਨੇ ਪਹਿਲੇ ਤਾਂ ਪਾਜੀ ਮੈਨੂੰ ਤੇ ਤੁਹਾਨੂੰ ਸਿੱਖ ਕਹਿਣ ਲੱਗੇ ਥੋੜੀ ਸ਼ਰਮ ਆ ਰਹੀ ਹੈ ਕਿ ਮੈਂ ਤੁਹਾਨੂੰ ਸਿੱਖ ਵੀ ਕਿਦਾਂ ਕਹਾਂ ਕਿਉਂਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਮੰਨੇ ਜਾ ਰਹੇ ਆ ਔਰ ਲੋਕ ਜੋ ਸਿੱਖ ਜਿਹੜੇ ਕਹਿੰਦੇ ਆ ਕਿ ਦੰਗੇ ਭੜਕਾਉਣ ਦੇ ਵਿੱਚ ਮੁੱਖ ਦੋਸ਼ੀ ਜਿਹੜੇ ਨੇ ਉਹ ਜਗਦੀਸ਼ ਟੈਟਰ ਤੇ ਸੱਜਨ ਕੁਮਾਰ ਸੀਗੇ ਤੁਸੀਂ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ ਹੋ ਬਿਲਕੁਲ ਨਹੀਂ ਤੁਹਾਨੂੰ ਲੱਗਾ ਪਤਾ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਬੈਠੇ ਆ ਗੁਰੂ ਦੀ ਨਗਰੀ 'ਚ ਬੈਠੇ ਤੇ ਅਪਸਰਾ ਬੋਰਡ ਲਗਵਾ ਰਹੇ ਆ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਪੰਜਾਬ ਨੂੰ ਤੇ ਹਿੰਦੁਸਤਾਨ ਵਾਸੀਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਹੀ ਗੱਲ ਤੁਸੀਂ ਗੱਲ ਕੀਤੀ ਹੈ ਕਿ ਸਿੱਖੀ ਦੀ ਸਿੱਖੀ ਕਿਸੇ ਦੀ ਮੁਹਤਾਜ ਨਹੀਂ ਆ ਸਿੱਖ ਪੰਥ ਕਿਸੇ ਦੀ ਜੇਬ ਦਾ ਪੰਥ ਨਹੀਂ ਆ 10ਵੇਂ ਪਾਸ਼ਾ ਦਾ ਪੰਥ ਆ ਆਜ਼ਾਦ ਕੌਮ ਆ ਯੋਧਿਆ ਦੀ ਕੌਮ ਆ ਦਲੇਰਾਂ ਦੀ ਕੌਮ ਆ ਸੂਰਮਿਆਂ ਦੀ ਕੌਮ ਆ ਹੱਕ ਤੇ ਸੱਚ ਦੀ ਲੜਾਈ ਲੜਨ ਵਾਲਿਆਂ ਦੀ ਕੌਮ ਆ ਜੇ ਗੱਲ ਕਰੀਏ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲਿਆਂ ਦੀ ਕੌਮ ਆ ਅੱਜ ਦੇ ਸਮੇਂ ਦੇ ਵਿੱਚ ਇਨਸਾਨੀਅਤ ਮਰਦੀ ਜਾਂਦੀ ਪਈ ਆ ਜੋ ਸੱਚਾਈ ਆ ਜੋ ਹਕੀਕਤ ਆ ਇਨਸਾਨ ਧਰਮ ਦਾ ਹੋ ਗਿਆ ਇਨਸਾਨ ਇਨਸਾਨ ਦਾ ਨਹੀਂ ਰਿਹਾ ਤੁਸੀਂ ਸਿੱਖੀ ਦੀ ਗੱਲ ਕਰਦੇ ਆ ਸਿੱਖੀ ਦਾ ਸਰਟੀਫਿਕੇਟ ਲੈਣ ਦੀ ਮੈਨੂੰ ਕਿਸੇ ਤੋਂ ਜ਼ਰੂਰਤ ਨਹੀਂ ਕਿਉਂ ਨਹੀਂ ਜ਼ਰੂਰਤ ਕਿਉਂ ਨਹੀਂ ਸਮਝਦੇ ਕਿਉਂਕਿ ਇੰਨੇ ਬੇਗੁਨਾਹ ਲੋਕ ਮਾਰੇ ਗਏ ਉਸ ਅਨੇਰ ਦੇ ਵਿੱਚ ਨਾ ਮਾਰਿਆ ਉਹਨਾਂ ਦਾ ਬੇਸ਼ੱਕ ਸੀਬੀਆਈ ਨੇ ਕਲੀਨ ਚਿੱਟ ਦਿੱਤੀ ਆ ਕੋਈ ਇਹੋ ਜੀ ਗੱਲ ਨਹੀਂ ਆ ਲekin ਉਹਨਾਂ ਦੇ ਸਾਥੀ ਨੂੰ ਸਜ਼ਾ ਵੀ ਹੋਈ ਆ ਇੱਕ ਸਿੱਖ ਦੇ ਦਿਲ ਵੈਸੇ ਹੀ ਬਲੁੰਦੇ ਜਾਂਦੇ ਜਦੋਂ ਉਹਨਾਂ ਦੇ ਭੈਣ ਭਰਾ ਨੂੰ ਟੈਰਾਂ ਦੇ ਬਲ ਦੇ ਟੈਰ ਗਲ ਚ ਪਾਏ ਗਏ ਹੋਣ ਜਾਂ ਮੋਹ ਤੇ ਘਾਟ ਉਟਾਰਿਆ ਗਿਆ ਮੈਂ ਤਾਂ ਸਿਰਫ ਉਸ ਚੀਜ਼ ਦੀ ਗੱਲ ਕਰਦਾ ਪਿਆ ਮੈਂ ਹੋਰ ਕੋਈ ਸਿੱਖੀ ਦੀ ਗੱਲ ਨਹੀਂ ਕਰਦਾ ਪਿਆ ਕਿ ਮੈਂ ਕਹਾਂ ਕਿ ਤੁਸੀਂ ਤੁਸੀਂ ਸਿੱਖ ਕਿਉਂ ਜੇ ਤਾਂ ਕਿਉਂ ਨਹੀਂ 하게 ਸਿਰਫ ਮੈਂਸ ਕਰਕੇ ਕਹਿ ਰਿਹਾ ਕਿ ਉਸ ਟਾਈਮ ਤੇ ਇੰਨੇ ਲੋਕਾਂ ਨੂੰ ਬੇਗੁਨਾ ਲੋਕਾਂ ਨੂੰ ਮਾਰਿਆ ਗਿਆ ਸੀਗਾ ਉਸ ਨੂੰ ਲੈ ਕੇ ਤੁਹਾਡੇ ਦਿਮਾਗ 'ਚ ਇੱਕ ਮਿੰਟ ਨਹੀਂ ਆਇਆ ਕਿ ਅਸੀਂ ਉਸ ਵਿਅਕਤੀ ਦੀ ਵੋਲ ਲਗਵਾ ਰਹੇ ਹਾਂ ਜਿਨਨੇ ਪੰਜਾਬ ਚ ਪੂਰੀ ਅਗ ਲਾਂ ਦੀ ਪੂਰੀ ਕੋਸ਼ਿਸ਼ ਕੀਤੀ ਸੀ ਮੈਂ ਦੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਵਾਂ ਅਮਨ ਪਸੰਦ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਤੇ ਕਾਇਮ ਰੱਖਣ ਵਾਲੇ ਆ ਮੇਰੇ ਖਿਆਲ ਦੇ ਵਿੱਚ ਤੁਸੀਂ ਵੀ ਕਾਨੂੰਨ ਦੀ ਪ੍ਰਕਿਰਿਆ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਸਾਨੂੰ ਸਾਡਾ ਜਿਹੜਾ ਸੰਵਿਧਾਨ ਆ ਪਵਿੱਤਰ ਸੰਵਿਧਾਨ ਆ ਸਾਰੇ ਧਰਮਾਂ ਤੋਂ ਉੱਪਰ ਜੇ ਗੱਲ ਆਉਂਦੀ ਆ ਤੇ ਸਾਡੇ ਸੰਵਿਧਾਨ ਦੀ ਆਉਂਦੀ ਆ ਸਾਡੇ ਆਜ਼ਾਦ ਹਿੰਦ ਮੁਲਕ ਦਾ ਜਿਹੜਾ ਸੰਵਿਧਾਨ ਆ ਮੈਂ ਹਰੇਕ ਧਰਮ ਤੋਂ ਉਹਨੂੰ ਹਰੇਕ ਧਰਮ ਦੇ ਗ੍ਰੰਥ ਤੋਂ ਉਹਨੂੰ ਪਵਿੱਤਰ ਮੰਨਦਾ ਸੰਵਿਧਾਨ ਨੇ ਸਾਨੂੰ ਆਪਣੀ ਆਵਾਜ਼ ਚੁੱਕਣ ਦੇ ਹੱਕ ਦਿੱਤੇ ਨੇ ਹਰੇਕ ਬੰਦਾ ਆਪਣੀ ਆਵਾਜ਼ ਚੱਕ ਸਕਦਾ ਗੱਲ ਕਰੀਏ ਨਿਆਂ ਦੀ ਹਰੇਕ ਬੰਦਾ ਹਿੰਦੁਸਤਾਨ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦਾ ਮਾਨਯੋਗ ਅਦਾਲਤਾਂ ਦੇ ਕੰਮ ਨੇ ਫੈਸਲੇ ਦੇਣਾ ਦੋਸ਼ੀ ਕੌਣ ਆ ਤੇ ਬੇਗੁਨਾ ਕੌਣਾ ਜੇ ਮਾਨਯੋਗ ਅਦਾਲਤਾਂ ਨੇ ਅੱਜ ਤੱਕ ਸਾਡੇ ਮਾਨਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਨੂੰ ਬੇਗੁਨਾ ਮੰਨਿਆ ਤੇ ਫਿਰ ਮੈਂ ਜਾਂ ਤੁਸੀਂ ਤਾਂ ਕੋਈ ਕਹਿਣ ਵਾਲੇ ਨਹੀਂ ਹੈਗੇ ਕਿ ਟਾਈਟਲਰ ਸਾਹਿਬ ਦੋਸ਼ੀ ਨੇ ਅਸੀਂ ਗੱਲ ਅਸੀਂ ਕਹਿਵ ਨਹੀਂ ਅਸੀਂ ਕਹਿਵ ਨਹੀਂ ਰਹੀ ਨਹੀਂ ਵੇਖੋ ਰਹੀ ਗੱਲ ਸੀਬੀਆਈ ਦੀ ਥੋੜੇ ਸਮੇਂ ਪਹਿਲੋ ਲੁਧਿਆਣੇ ਦੇ ਵਿੱਚ ਲੁਧਿਆਣੇ ਦੀ ਅਦਾਲਤਾਂ ਨੇ ਮਾਨਯੋਗ ਅਦਾਲਤਾਂ ਨੇ ਅੱਤਵਾਦੀ ਜਗਤਾਰ ਹਵਾਰੇ ਨੂੰ ਕਈ ਕੇਸਾਂ ਚ ਬਰੀ ਕੀਤਾ ਤੁਸੀਂ ਉਹਨਾਂ ਨੂੰ ਫਿਰ ਕਿਦਾਂ ਅੱਤਵਾਦੀ ਅੱਤਵਾਦੀ ਕਹਿ ਰਹੇ ਜਗਤਾਰ ਹਵਾਰਾ ਨੂੰ ਹਵਾਰਾ ਜੀ ਨੂੰ ਕਿਉਂ ਤੁਸੀਂ ਅੱਤ ਕਹਿ ਰਹੇ ਹੋ ਹਵਾਰੇ ਤੇ ਪਰਚੇ ਕਿਸ ਗੱਲ ਦੇ ਨੇ ਮਹਿਰੂਬ ਸਰਦਾਰ ਬਜੰਤ ਸਿੰਘ ਜੀ ਨੂੰ ਪਰਚੇ ਕਰਨ ਵਾਲਾ ਕੌਣ ਆ ਪਰਚੇ ਤੇ ਰੀਸਟਾਈਡਰ ਤੇ ਤੇ ਸੱਜਨ ਕੁਮਾਰ ਤੇ ਵੀ ਹੈਗੇ ਨੇ ਕਾਦੇ ਪਰਚੇ ਨੇ ਜੇ ਪਰਚੇ ਨੇ ਤੇ ਗਵਾਹੀਆਂ ਕੌਣ ਕਿਉਂ ਨਹੀਂ ਜਾ ਕੇ ਉਹਦੇ ਕੋਈ ਦਿੰਦਾ ਟਾਈਟਲਰ ਸਾਹਿਬ ਦੇ ਨਾਲ ਕੋਈ ਮੁਕੱਦਮਾ ਹੈਗਾ ਸੀਬੀਆਈ ਨੇ ਇਨਕੁਆਇਰੀ ਕੀਤੀ ਸੀਬੀਆਈ ਨੇ ਕਲੀਨ ਚਿੱਟ ਦੇਤੀ ਅੱਜ ਪੰਜਾਬ ਦੇ ਵਿੱਚ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਮੁੱਦਾ ਗਰਮਾਇਆ ਜਾਂਦਾ ਸਭ ਤੋਂ ਪਹਿਲਾਂ ਆਵਾਜ਼ ਉੱਠਦੀ ਆ ਮੰਗ ਕੀਤੀ ਜਾਂਦੀ ਆ ਕਿ ਮਾਨਯੋਗ ਜਿਹੜੀ ਸਾਡੀ ਸਰਬੋਤਮ ਜਾਂਚ ਏਜੰਸੀ ਆ ਸੀਬੀਆਈ ਸੀਬੀਆਈ ਤੋਂ ਇਨਕੁਆਰੀ ਕਰਾਈ ਜਾਵੇ ਜਦੋਂ ਸੀਬੀਆਈ ਨੇ ਕਲੀਨ ਚਿੱਟ ਦੇ ਦਿੱਤੀ ਆ ਫਿਰ ਤੁਹਾਨੂੰ ਕੀ ਇਤਰਾਜ਼ ਆ ਜੇ ਜਿਹੜੇ ਆ ਜਿਹੜੇ ਗਰਮ ਖਿਆਲੀ ਹੈ ਹਮੈਤੀ ਨੇ ਖਾਲਿਸਤਾਨ ਦੇ ਕੁਝ ਆਗੂ ਨੇ ਉਹਨਾਂ ਨੂੰ ਕੀ ਇਤਰਾਜ਼ ਆ ਜਦੋਂ ਟਾਈਟਲਰ ਸਾਹਿਬ ਨੂੰ ਕਲੀਨ ਚਿੱਟ ਮਿਲ ਗਈ ਆ ਇਹਨਾਂ ਨੂੰ ਇਤਰਾਜ ਆ ਜਦੋਂ ਆਦਵਾਦੀ ਜਟਾਰ ਹਵਾਰੇ ਨੂੰ ਇਹ ਮਾਨਿਓਗੇ ਦਾਲਦਾ ਬਰੀ ਕਰਦੀਆਂ ਨੇ ਉਦੋਂ ਫਿਰ ਦੋਰੇ ਮਾਪਦੰਡ ਤੇ ਕਿਉਂ ਗੱਲਾਂ ਕਰਦੇ ਨੇ ਜੀ ਇਹ ਨਹੀਂ ਦੋਰੇ ਮਾਪਦੰਡ ਤੇ ਗੱਲ ਹੀ ਨਹੀਂ ਕਰਦੇ ਪਏ ਉਹ ਕਹਿੰਦੇ ਕਿ ਸਾਡਾ ਦੇਸ਼ ਕੌਮ ਦਾ ਜਿਹੜਾ ਆ ਸਭ ਨਾਲ ਵੱਡਾ ਦੋਸ਼ੀ ਆਏ ਉਹ ਆਪਣੇ ਕੌਮ ਦੇ ਦੋਸ਼ੀ ਨੂੰ ਮੰਨਦੇ ਕਿ ਹਾਂ ਵੀ ਸਾਡੇ ਇਸ ਕੌਮ ਇਸ ਬੰਦੇ ਨੇ ਸਾਡੇ ਕੌਮ ਦੇ ਲੋਕਾਂ ਤੋਂ ਜਿੰਦਿਆਂ ਨੂੰ ਸਾੜਿਆ ਸੀਗਾ ਔਰ ਜੋ ਮੁੱਖ ਦੋਸ਼ ਲੱਗ ਰਿਹਾ ਉਹ ਇਹਨਾਂ ਦੇ ਇਹੀ ਲੱਗਦੇ ਰਹੇ ਆ ਕਿ ਉਹਨਾਂ ਵੱਲੋਂ ਦੰਗੇ ਪੜਕਾਏ ਗਏ ਨੇ ਹੋਰ ਦੂਸਰੇ ਨੰਬਰ ਤੇ ਅਗਰ ਤੁਸੀਂ ਜਨਮ ਦਿਨ ਮਨਾਣਾ ਹੀ ਆ ਉਹਨਾਂ ਦਾ ਤੁਸੀਂ ਆਪਣਾ ਸੋਸ਼ਲ ਮੀਡੀਆ ਤੋਂ ਅਕਾਊਂਟ ਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਆਜ਼ਾਦ ਦੇਸ਼ 'ਚ ਰਹਿ ਰਹੇ ਆ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਕੁਝ ਵੀ ਕਿਸੇ ਟਾਈਮ ਵੀ ਕਿਸੇ ਦੀ ਭਾਵਨਾ ਮਨਾਉਣ ਠੇਸ ਪਹਤਾ ਸਕਦੇ ਆ ਤੁਸੀਂ ਉਹਨਾਂ ਨੂੰ ਮਾਣ ਜੋ ਕਹਿ ਸਕਦੇ ਹੋ ਕਈ ਲੋਕ ਨਹੀਂ ਮਾਣ ਜੋ ਕਹਿੰਦੇ ਹੋਣਗੇ ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਉਹਨਾਂ ਦੇ ਵੀ ਆਪਣਾ ਧਿਆਨ ਚ ਰੱਖ ਕੇ ਜਾਂ ਦਿਮਾਗ ਚ ਰੱਖ ਕੇ ਗੱਲ ਕਰ ਲੈਣੇ ਕਿ ਬਸ ਜੋ ਉਹ ਕਹਿ ਰਹੇ ਨੇ ਕਿ ਸਿਰਫ ਚप्पल ਚੱਟ ਜਾਂ ਬੂਟ ਚੱਟ ਉਹ ਕਹਿ ਰਹੇ ਨੇ ਉਹ ਉਥੇ ਤੱਕ ਠੀਕ ਹੈ ਕਿ ਹਾਂ ਵੀ ਅਸੀਂ ਵਾਕਈ ਉਹ ਚੀਜ਼ ਹੈਗੇ ਹਾਂ ਬੱਬਰ ਸ਼ੇਰ ਦੀ ਜ਼ਿੰਦਗੀ ਜਿਉਣ ਵਾਲੇ ਆ ਆਪਣੀ ਆਵਾਜ਼ ਨੂੰ ਦੱਬ ਕੇ ਬਹਿਣ ਵਾਲੇ ਨਹੀਂ ਅਸੀਂ ਹੈਗੇ ਇਹ ਗੱਲਾਂ ਜਿਨ੍ਹਾਂ ਨੇ ਵੀ ਕਹੀਆਂ ਨੇ ਇਹਨਾਂ ਮੌਕੇ ਤੇ ਗੱਲ ਕਰਾਂਗੇ ਪਿੱਠ ਪਿੱਛੇ ਕੀਤੀਆਂ ਨੇ ਜੇ ਯੁਰਤ ਸੀਗੀ ਤੇ ਮੇਰੇ ਸਾਹਮਣੇ ਆਣ ਕੇ ਕਰਦੇ ਤਾਂ ਤੁਸੀਂ ਵੀ ਦੇਰ ਰਾਤ ਕਿਉਂ ਬੋਰਡ ਲਵਾਏ ਸਵੇਰੇ ਲਵਾਉਂਦੇ ਸਵੇਰੇ ਲਗਾਉਂਦੇ ਤੇ ਪਤਾ ਲੱਗ ਜਾਂਦਾ ਕਿ ਉਹ ਜਿੰਦੀ ਜਮਾਤ ਦੇ ਹੈਗੇ ਕਿ ਤੁਸੀਂ ਜਿੰਦੀ ਜਮਾਤ ਦੇ ਸੀਗੇ ਜਿਹੜੋ ਲਾਂਦੇ ਸੀ ਤੁਸੀਂ ਉੱਥੇ ਕਿਉਂ ਨਹੀਂ ਪਹੁੰਚੇ ਤੁਸੀਂ ਉੱਥੇ ਪਹੁੰਚ ਕੇ ਉਹਨਾਂ ਦਾ ਵਿਰੋਧ ਕਰ ਸਕਦੇ ਤੁਸੀਂ ਕਿਉਂ ਨਹੀਂ ਪਹੁੰਚੇ ਤੁਸੀਂ ਉਹਨਾਂ ਨੂੰ ਚੈਲੰਜ ਕਰਦੇ ਪਿਓ ਹਾਲਾਂਕਿ ਤੁਸੀਂ ਆਪ ਉਥੋਂ ਭੱਜਦੇ ਹੋਏ ਨਜ਼ਰ ਆ ਰਹੇ ਹੋ ਔਰ ਅਸੀਂ ਕੋਸ਼ਿਸ਼ ਕੀਤੀ ਤੁਹਾਨੂੰ ਮਿਲ ਕੇ ਆ ਕੇ ਤੁਹਾਡੀ ਇੰਟਰਵਿਊ ਕਰਨ ਦੀ ਤੁਸੀਂ ਕਿਸੇ ਬੰਦੇ ਨੂੰ ਰੀਚ ਨਹੀਂ ਕੀਤੀ ਕਿ ਤੁਹਾਨੂੰ ਕੋ ਪੁੱਛਿਆ ਜਾਵੇ ਕਿਸੇ ਨੂੰ ਪੱਤਰਕਾਰ ਸਾਹਿਬ ਮੈਂ ਸਵੇਰੇ ਵੀ ਮੌਜੂਦ ਸੀਗਾ ਮੇਰੇ ਕੋ ਔਨ ਰਿਕਾਰਡ ਮੇਰੀ ਇਹ ਵੀਡੀਓਜ਼ ਵੀ ਨੇ ਸਾਰਾ ਰਿ ਅਸੀਂ ਸਵੇਰ ਤੱਕ ਵੀ ਉੱਥੇ ਸੀਗੇ ਨਾ ਕਰਮਗੱਲ ਭੱਜਦਾ ਹੁੰਦਾ ਨਾ ਆਪਦਾ ਮੋਬਾਈਲ ਕਰਦਾ ਬੰਦ ਤੇ ਤੁਹਾਡੇ ਵੀ ਸਾਹਮਣੇ ਨਾ ਆਉਂਦਾ ਹੁਣ ਵੀ ਲੋਕਲ ਅੰਮ੍ਰਿਤਸਰ ਦੇ ਵਿੱਚ ਹੀ ਬੈਠੇ ਹੋਏ ਆ ਤੇ ਜਿਹੜੇ ਅਖੌਤੀ ਨਿਆਂਗੇ ਤੇ ਪਹੁੰਚੇ ਸੀਗੇ ਮੈਂ ਉਹਨਾਂ ਨੂੰ ਖੁੱਲ੍ਹਾ ਸੱਦਾ ਦਿੰਦਾ ਤੇ ਖੁੱਲ੍ਹਾ ਚੈਲੰਜ ਕਰਦਾ ਇਹ ਗੱਲਾਂ ਤੁਸੀਂ ਕੀਤੀਆਂ ਨੇ ਮੇਰੀ ਪਿੱਠ ਪਿੱਛੇ ਇਹ ਗੱਲਾਂ ਤੁਸੀਂ ਕੀਤੀਆਂ ਨੇ মিডিਆ ਤੇ ਆਣ ਕੇ ਤੁਸੀਂ মিডিਆ ਦੀਆਂ ਸੁਰਖੀਆਂ 'ਚ ਰਹਿਣਾ ਜਾਣਦੇ ਹੋ ਤੁਸੀਂ মিডিਆ ਦੀਆਂ ਸੁਰਖੀਆਂ 'ਚ ਆਉਣਾ ਜਾਣਦੇ ਹੋ ਤੇ ਮੇਰਾ ਵੀ ਖੁੱਲਾ ਚੈਲੰਜ ਹੈ ਤੁਹਾਨੂੰ ਜੇ ਮੇਰੇ ਮਾਨਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਦੇ ਤੁਸੀਂ ਸਾਡੇ ਬੋਰਡ ਲਾਏ ਨੇ ਤੇ ਆਪਦੇ ਪਿੰਡਰਾਵਲੇ ਅੱਤਵਾਦੀ ਦੇ ਬੋਰਡ ਬਚਾ ਕੇ ਰੱਖਿਓ ਸਾਡਾ ਪਵਿੱਤਰ ਅਸਥਾਨ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਬਾਹਰ ਵੀ ਇੱਕ ਪਿੰਡਰਾਵਲੇ ਦਾ ਬੋਰਡ ਲੱਗਿਆ ਜੇ ਇੱਕ ਦਰਬਾਰ ਸਾਹਿਬ ਦੀ ਲੰਗਰ ਹਾਲ ਸਰਾਹ ਵਾਲੀ ਐਂਟਰੀ ਦੇ ਵੀ ਬੋਰਡ ਲੱਗਿਆ ਜੇ ਖੁੱਲਾ ਸੱਦਾ ਦਿੰਦਾ ਇਹਨਾਂ ਨੂੰ ਤੇ ਮੇਰਾ ਚੈਲੰਜ ਅਕਸੈਪਟ ਕਰਨ ਆਪਦੇ ਬੋੜ ਬਚਾ ਕੇ ਰੱਖਣ ਕਾਲੋ ਮਲ ਕੇ ਆਵਾਂਗੇ ਛਿਦਰਾ ਦਾ ਹਾਰ ਪਾਵਾਂਗੇ ਤੁਹਾਡੇ ਕੁੱਤੇ ਅੱਤਵਾਦੀਏ ਨੂੰ ਮੈਂ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਨੀ ਜਾਣਦਾ ਵਾਂ ਪਰ ਜੇ ਬੇਦਾਗ ਸਖਸ਼ੀਅਤ ਨੂੰ ਅੱਜ ਇਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਤੁਹਾਡੇ ਕੋ ਪ੍ਰੂਫ ਹੈਗਾ ਵਾ ਨਾ ਅਖੌਤੀ ਨਿਹੰਗਾਂ ਤੋਂ ਪ੍ਰੂਫ ਹੈਗਾ ਵਾ ਜੇ ਪ੍ਰੂਫ ਆ ਆਜਣ ਮਾਣਿਓਗ ਅਦਾਲਤਾਂ ਦੇ ਵਿੱਚ ਕਿਉਂ ਡਰਦੇ ਨੇ ਇਹਦੇ ਗੁਰਪਤਵੰਤ ਅੱਤਵਾਦੀਏ ਦੇ ਜਿਹੜੇ ਖਾਲਿਸਤਾਨੀ ਸਮਰਥਕ ਨੇ ਇਹ ਉਹਨਾਂ ਦੇ ਸਪੋਰਟਰ ਨੇ ਫੰਡਿੰਗ ਲੈਂਦੇ ਨੇ ਬਾਹਰੋਂ ਫੰਡਿੰਗ ਆਉਂਦੀ ਆ ਫੰਡਿੰਗ ਦੇ ਪੈਸੇ ਦੇ ਇਹਨਾਂ ਦੇ ਬੱਚੇ ਪਾਲਦੇ ਪਏ ਨੇ ਕੀ ਕਰਤੂਤਾ ਇਹਨਾਂ ਦੀਆਂ ਆਪਦੇ ਕਰਤੂਤਾ ਵੱਲ ਛਾਤੀ ਮਾਰਨ ਤਰਨਦਾਰਨ ਦੇ ਵਿੱਚ ਇੱਕ ਗਰੰਤੀ ਸਿੰਘ ਨੇ ਛੇੜਛਾੜ ਕੀਤੀ ਨੌਜਵਾਨ ਕੁੜੀ ਦੇ ਨਾਲ ਤੁਸੀਂ ਕਿਹੜੀ ਸਿੱਖੀ ਦੀ ਗੱਲ ਕਰਦੇ ਪਿਓ ਇਹ ਸਿੱਖੀ ਤੇ ਬਾਣੀ ਦੇ ਬਾਣੇ ਦੇ ਦਾਗ ਦੇ ਕਲੰਕ ਨੇ ਅੱਜ ਦੇ ਅਕੋਤੀ ਨਿਹੰਗ ਇਹ ਤੇ ਜਿਹੜੇ ਸਾਫ਼ ਸੁਥਰੇ ਅਕਸ ਦੇ ਨਿਹੰਗ ਸਿੰਘ ਨੇ ਇਹ ਕੌਮ ਦੇ ਦਾਗਦਾਰ ਨੇ ਮਾਣਿਓ ਅਕਾਲ ਤੱਕ ਸਭ ਨੂੰ ਇਹਨਾਂ ਦੇ ਕਾਰਵਾਈ ਕਰਨੀ ਬਣਦੀ ਆ ਜਾਤੀਵਾਦੀ ਵਿਤਕਰੇ ਇਹ ਪਾਉਂਦੇ ਬੇ ਨੇ ਉਹ ਤੇ ਤੁਹਾਨੂੰ 15 6 ਕਰਨ ਦੀ ਗੱਲ ਕਰਦੇ ਵੇ ਉਹ ਕਹਿੰਦੇ ਕਿ ਅਸੀਂ ਤੁਹਾਡੀ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਵੀ ਕਰਾਂਗੇ ਮੈਂ ਤੇ ਪਹਿਲੇ ਤੁਹਾਨੂੰ ਦੱਸਿਆ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਮੈਨੂੰ ਅਕਾਲ ਤਖਤ ਸਾਹਿਬ ਦੀ ਅਸੀਂ ਮਰਿਆਦਾ ਦੇ ਵਿੱਚ ਰਹਿਣਾ ਜਾਣਦੇ ਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਜਾਣਦੇ ਆ ਤੇ ਕਰਦੇ ਵੀ ਆ ਇਹਨਾਂ ਅਖੌਤੀਆਂ ਤੋਂ ਸਰਟੀਫਿਕੇਟ ਲੈਣੇ ਮੈਂ ਸਿੱਖੀ ਦੇ ਇਹ ਕੌਣ ਹੁੰਦੇ ਨੇ ਮੈਨੂੰ ਸਰਟੀਫਿਕੇਟ ਦੇਣ ਵਾਲੇ ਤੇ ਤੁਸੀਂ ਜੋ ਗੁਰਦੁਆਰਾ ਸਾਹਿਬ ਦੇ ਵਿੱਚੋਂ ਨੰਗੀ ਤਸਵੀਰ ਜਿਹੜੀ ਆ ਸਿਰ ਤੋਂ ਨੰਗੀ ਤਸਵੀਰ ਲਵਾਈ ਗੁਰਦੁਆਰੇ ਦੇ ਵਿੱਚ ਤੁਹਾਨੂੰ ਨਹੀਂ ਮਰਿਆਦਾ ਦਾ ਪਤਾ ਕਿ ਉੱਥੇ ਜੇ ਸਿਰ ਟਕਾ ਹੀ ਦਿੰਦੇ ਜਾਂ ਕੁਛ ਜਗ੍ਹਾ ਲਗਾਣੀ ਤਸਵੀਰ ਤਾਂ ਸਿਰ ਟਕਾ ਕੇ ਲਾ ਲੈਂਦੇ ਤੁਸੀਂ ਕਿਦਾਂ ਉਹਨਾਂ ਦੀ ਤਸਵੀਰ ਬਿਨਾਂ ਜਿਹੜਾ ਸਿਰ ਟਕੇ ਤੋਂ ਤਸਵੀਰਾਂ ਆ ਤੇ ਔਰ ਤੁਸੀਂ ਪਾਠ ਵੀ ਰਖਵਾਇਆ ਸਾਰੇ ਪੰਜਾਬ ਨੇ ਉਹਨਾਂ ਨੂੰ ਬਹਿਨ ਕੀਤਾ ਆ ਸਾਰੇ ਇੱਕ ਬੰਦਾ ਉਹਨਾਂ ਨੂੰ ਕਹਿੰਦਾ ਕਿ ਨਹੀਂ ਸਾਡੇ ਜਿਹੜਾ ਹੈ ਜਗਦੀਸ਼ ਟਾਇਲਰ ਨੂੰ ਹੀ ਮਾਫ਼ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੇ ਪਾਠ ਰਖਵਾਈ ਆ ਰਹੇ ਉੱਥੇ ਮੈਂ ਤੁਹਾਨੂੰ ਪੁੱਛਦਾ ਕੀ ਗੱਲ ਆ ਹਿੰਦੋਸਤਰ ਕਾ ਹਿੰਦੁਸਤਾਨ ਸਰਕਾਰ ਨੇ ਕਿਹੜੀਆਂ ਸੰਗੀਂਦਰਾਂ ਵਾਂ ਲਾਤੀ ਟਾਈਟਲਰ ਸਾਹਿਬ ਤੇ ਜਿਨ੍ਹਾਂ ਦੇ ਕਰਕੇ ਟਾਈਟਲਰ ਸਾਹਿਬ ਅਜ ਬਹਿਨ ਨੇ ਤੁਸੀਂ ਉਹ ਗੱਲ ਗਲਤੀ ਮੰਨਦੇ ਤੁਸੀਂ ਇੱਕ ਗਲਤੀ ਮੰਨਦੇ ਹੋ ਕਿ ਉਹਨਾਂ ਦੇ ਸਿਰ ਤੇ ਰਮਾਲ ਹੋਣਾ ਚਾਹੀਦਾ ਜੇ ਤੁਸੀਂ ਫੋਟੋ ਲਗਵਾਉਣੀ ਵੀ ਸੀ ਨੰਗੇ ਸਿਰ ਕਿੱਦਾਂ ਮੇਰਾ ਤਾਂ ਦਿਲ ਕਰਦਾ ਪਿਆ ਸੀ ਤੁਹਾਨੂੰ ਉੱਥੇ ਤੋਂ ਹੀ ਮੈਨੂੰ ਮਿਲਦੇ ਮੈਂ ਤੁਹਾਡੇ ਇੱਕ ਤਾਂ ਥੱਪੜ ਵੀ ਲਾ ਦਰਾਂ ਸੀ ਕਿ ਅਸੀਂ ਗੁਰੂ ਸਾਹਿਬਾਂ ਦੇ ਅੰਦਰ ਜਾਂਦੇ ਆ ਤੇ ਸਿਰ ਤੇ ਟੱਕ ਕੇ ਜਾਂਦੇ ਆ ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆ ਉਹ ਬਿਨਾ ਤੁਸੀਂ ਉਹਨਾਂ ਦੇ ਸਿਰ ਟਕੇ ਦੇ ਫੋਟੋ ਲਾਤੀ ਠੀਕ ਆ ਤੁਸੀਂ ਆਪਣਾ ਕਰਨਾ ਤੁਹਾਡਾ ਜੋ ਬੰਦਾ ਸੀ ਤੁਸੀਂ ਕਰਦੇ ਲੇਕਿਨ ਮਰਿਆਦਾ ਰੱਖਣਾ ਵੀ ਤੁਹਾਡਾ ਹੱਕ ਬੰਦਾ ਸੀ ਜੇ ਤੁਸੀਂ ਸਿੱਖ ਅਗੇ ਉਹਤੇ ਜੇ ਤੁਸੀਂ ਪੋਸਟਰ ਦੇਖਦੇ ਪਏ ਹੋ ਗੁਰਦੂਰਾ ਸਾਹਿਬ ਦੇ ਬਾਹਰ ਗੁਰਦੂਰਾ ਸਾਹਿਬ ਦੀ ਬਾਉਂਡਰੀ ਵਾਲ ਤੋਂ ਬਾਹਰ ਆ ਅਸੀਂ ਮਰਿਆਦਾ ਨੂੰ ਚੰਗੀ ਤਰ੍ਹਾਂ ਜਾਣਦੇ ਆ ਅਸੀਂ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਦੇ ਆ ਅਸੀਂ ਸਿੱਖੀ ਦੀ ਮਰਿਆਦਾ ਨੂੰ ਜਾਣਦੇ ਆ ਸਮਝਦੇ ਆ ਅਗਾ ਅਸੀਂ ਆਪਣੀਆਂ ਪੁਸਤਕਾਂ ਨੂੰ ਵੀ ਸਿੱਖੀ ਦੇ ਨਾਲ ਜੋੜਦੇ ਪਏ ਆ ਅਸੀਂ ਆਪਣੇ ਜਿਹੜਾ ਅਲੱਦ ਵਾਲਾ ਉਹਨੂੰ ਵੀ ਸਿੱਖੀ ਦੇ ਨਾਲ ਜੋੜਦੇ ਪਏ ਆ ਰਹੀ ਗੱਲ ਤੁਸੀਂ ਨੰਗੇ ਸਿਰ ਦੀ ਗੱਲ ਕਰਦੇ ਆ ਕੀ ਗੱਲ ਆ ਤੁਸੀਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ 4 ਕਿਲੋਮੀਟਰ ਪਿੱਛੇ ਰਮਾਲਬਾਨਾ ਨੇ ਆ ਉਹ ਇੱਕ ਫੋਟੋ ਅਸੀਂ ਨਜਾਇਜ਼ ਤੌਰ ਤੇ ਕਿਸੇ ਨੂੰ ਵੀ ਕਿਸੇ ਗੱਲ ਨੂੰ ਲੈ ਕੇ ਬਦਨਾਮ ਨਾ ਕਰੀਏ ਪੋਸਟਰ ਲੱਗਿਆ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਵਾਲ ਦੇ ਬਾਹਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਕਰਦਾ ਜੇ ਮੇਰੀ ਜਗ੍ਹਾ ਕੋਈ ਹਿੰਦੂ ਭਰਾ ਹੁੰਦਾ ਉਹ ਹਵਨ ਯੱਗ ਕਰਾਉਂਦਾ ਜੇ ਕੋਈ ਮੁਸਲਮਾਨ ਭਰਾ ਹੁੰਦਾ ਉਹਨਾਂ ਵਾਸਤੇ ਅੱਲਾਹ ਤਾਲਾ ਤੋਂ ਫਰਿਆਦ ਮੰਗਦਾ ਜੇ ਕੋਈ 크੍ਰਿਸਚਨ ਭਰਾ ਹੁੰਦਾ ਦੁਆ ਕਰਾਉਂਦਾ ਮੈਂ ਸੇਖਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਥਾ ਵਿਸ਼ਵਾਸਾ ਤੇ ਮਾਨਯੋਗ ਸ਼੍ਰੀ ਜਗਦੀਸ਼ ਟੈਟਲਰ ਜੀ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਉਹਨਾਂ ਦੀ ਲੰਬੀ ਸਿਹਤ ਵਾਸਤੇ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਜਿਹਦਾ ਬੇਦਾਗ ਸਖਸ਼ੀਅਤ ਨੇ ਉਹਨਾਂ ਦੇ ਬੇਦਾਗ ਅਕਸ ਨੂੰ ਖਰਾਬ ਕਰਨ ਵਾਲੇ ਇਹ ਵੀ ਸੋਲਣ ਹਮੇਸ਼ਾ ਇਹ ਚੜਦੀ ਕਲਾ ਦੇ ਵਿੱਚ ਰਹਿਣਗੇ ਚੜਦੀ ਕਲਾ ਦੇ ਵਿੱਚ ਰਹਿਣੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਲੱਖ ਯਤਨ ਕਰ ਲਿਓ ਲੱਖ ਕੋਸ਼ਿਸ਼ਾਂ ਕਰ ਲਿਓ ਬਿਦਾਗ ਬਿਦਾਗ ਹੀ ਰਹਿੰਦੇ ਨੇ ਕੋਈ ਦਾਗਦਾਰ ਨਹੀਂ ਹੋਣ ਦੇਾਂਗੇ ਤੇ ਨਾ ਹੀ ਮਾਨਯੋਗ ਅਦਾਲਤਾਂ ਇਹਨਾਂ ਦੇ ਫਿਰਕਾ ਪ੍ਰਸਤ ਵਾਲੇ ਦੇ ਬਿਆਨਾਂ ਦੇ ਵਿੱਚ ਕੋਈ ਬਾਲਾ ਖਾਸਾ ਕੋਈ ਧਿਆਨ ਰੱਖਦੇ ਨੇ ਕਿਹ ਲੱਗਦਾ ਨਹੀਂ ਜਰਾ ਚਾਪਲੂਸੀ ਹੋ ਰਹੀ ਕਿ ਟਿਕਟ ਟੁਕੜ ਨੂੰ ਲੈਣ ਤੋਂ ਨਹੀਂ ਕਿ ਅੱਗੇ ਚਾਪਲੂਸੀ ਤੇ ਨਹੀਂ ਹੋ ਰਹੀ ਕਿ ਜਗਦੀਸ਼ ਰਾਏ ਟਿਕਟ ਦੇ ਦੇ ਗੋਦੀ 'ਚ ਪਾ ਦੇ ਕਿਉਂਕਿ ਐਸਟੀਐਸਸੀ ਦੇ ਤੁਸੀਂ ਆਲਰੇਡੀ ਚੇਅਰਮੈਨ ਵੀ ਚੇਅਰਪਰਸਨਸ ਵੀ ਹੈਗੇ ਹੋ ਕਿਹ ਲੱਗਦਾ ਕਿ ਸਿਰਫ ਜੋ ਜਿਹੜੀ ਆ ਕੁਰਸੀ ਲੈਣ ਵਾਸਤੇ ਜਾਂ ਟਿਕਟ ਲੈਣ ਵਾਸਤੇ ਚਾਪਲੂਸੀ ਜ਼ਿਆਦੀ ਨਹੀਂ ਹੋਗੀ। ਇਹ ਇਹਦੇ ਵਿੱਚ ਕੋਈ ਚਾਪਲੂਸੀ ਨਹੀਂ ਆ। ਜੇ ਤੁਸੀਂ ਕਿਸੇ ਨੂੰ ਗੁਰੂ ਮੰਨਿਆ ਤੁਸੀਂ ਦਿਲੋਂ ਮੰਨਦੇ ਆ। ਟਾਈਟਲਰ ਸਾਹਿਬ ਸਾਡੇ ਸਿਰ ਦਾ ਤਾਜ ਨੇ। ਤੁਸੀਂ ਸਿਰ ਦਾ ਤਾਜ ਦੇ ਪੱਗ ਨੂੰ ਵੀ ਕਹਿੰਦੇ ਹੋ। ਉਹਨਾਂ ਨੂੰ ਵੀ ਕਈ ਜਿਹਨਾਂ ਨੇ ਸਿੱਖ ਦੀਆਂ ਸਿੱਖਾਂ ਦੀਆਂ ਪੱਗਾਂ ਲਾਤੀਆਂ ਤੁਸੀਂ ਉਹਨਾਂ ਨੂੰ ਸਿਰ ਦਾ ਤਾਜ ਕਹਿੰਦੇ। ਜੇ ਤੁਸੀਂ ਆਪਣੇ ਗੁਰੂ ਦੀ ਕਦਰ ਕਰਨਾ ਜਾਣਦੇ ਹੋ, ਜੇ ਤੁਸੀਂ ਗੁਰੂ ਨੂੰ ਗੁਰੂ ਮੰਨਦੇ ਹੋ ਤੇ ਗੁਰੂ ਨੂੰ ਹਮੇਸ਼ਾ ਸਿਰ ਦਾ ਤਾਜ ਮੰਨੋਗੇ। ਇਹਦੇ ਵਿੱਚ ਸੋਚਣ ਦੀ ਗੱਲ ਆ। ਸਮਝਣ ਦੀ ਗੱਲ ਆ ਤੁਸੀਂ ਸਕੂਲ ਟਾਈਮ ਪੜ੍ਹੇ ਆ ਹਮੇਸ਼ਾ ਹੀ ਤੁਸੀਂ ਵਿਸ਼ ਕਰਦੇ ਰਹੇ ਆ ਰਿਸਪੈਕਟ ਕਰਦੇ ਰਹੇ ਆਪਣੇ ਗੁਰੂ ਦੀ ਉਹ ਸਾਡੇ ਸਿੱਖਿਆ ਵਾਲੇ ਗੁਰੂ ਸੀਗੇ ਇਹ ਸਾਡੇ ਸਿਆਸੀ ਗੁਰੂ ਨੇ ਸਿਆਸੀ ਗੁਰੂ ਗੁਰੂ ਜਿਹੜਾ ਮਰਜ਼ੀ ਹੋਵੇ ਚਾਹੇ ਕੋਈ ਇਸ਼ਤ ਦਾ ਗੁਰੂ ਹੋਵੇ ਚਾਹੇ ਕੋਈ ਸਿੱਖਿਆ ਦਾ ਗੁਰੂ ਹੋਵੇ ਚਾਹੇ ਕੋਈ ਸਿਆਸੀ ਗੁਰੂ ਹੋਵੇ ਗੁਰੂ ਹਮੇਸ਼ਾ ਤਾਜ ਹੀ ਰਹਿੰਦਾ ਜੇ ਹੁਣ ਤੁਹਾਡਾ ਇਨ ਫਿਊਚਰ ਪਲਾਨ ਕੀ ਆ ਕਿ ਆ ਇਸ ਤਰ੍ਹਾਂ ਹੀ ਬਰਥਡੇ ਮਨਾਏ ਜਾਣਗੇ ਜੇ ਤੁਸੀਂ ਮਨਾਣੀ ਸੀਗੇ ਤੁਸੀਂ ਕੇਕ ਕੱਟ ਕੇ ਮਨਾ ਲੈਂਦੇ ਜਰੂਰੀ ਇਹਨਾਂ ਵਿਵਾਦ ਖੜਾ ਕਰਨ ਦੀ ਕੀ ਜਰੂਰਤ ਹੈਗੀ ਵੱਖ-ਵੱਖ ਥਾਵਾਂ ਦੇ ਕੇਕ ਕੱਟੇ ਨੇ ਬਿਲਕੁਲ ਕੇਕ ਕੱਟੇ ਨੇ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਮੱਦੇਨਜ਼ਰ ਰੱਖਦੇ ਹੋਏ ਅਸੀਂ ਦਿੱਲੀ ਨਹੀਂ ਜਾ ਸਕੇ ਜਿਸ ਕਰਕੇ ਅਸੀਂ ਅੰਮ੍ਰਿਤਸਰ ਦੇ ਵਿੱਚ ਹੋਲਡਿੰਗਸ ਲਾ ਕੇ ਅਸੀਂ ਕੇਕ ਕੱਟ ਕੇ ਵੱਖ-ਵੱਖ ਥਾਵਾਂ ਤੇ ਆਪਣੇ ਸਾਥੀਆਂ ਸੱਜਣਾ ਦੇ ਨਾਲ ਟਾਈਟਲਰ ਸਾਹਿਬ ਦਾ ਬਰਥਡੇ ਸੈਲੀਬ੍ਰੇਟ ਕੀਤਾ ਰਹੀ ਗੱਲ ਜਿਨ੍ਹਾਂ ਨੇ ਸਾਡੇ ਪੋਸਟਰ ਦਾ ਅਪਮਾਨ ਕੀਤਾ ਮੰਦੀ ਸ਼ਬਦਾਵਲੀ ਵਰਤੀ ਜੋ ਕੁਝ ਵੀ ਬੋਲੇ ਨੇ ਉਹਨਾਂ ਦਾ ਇੱਕ ਇੱਕ ਪਾਈ ਦਾ ਹਿਸਾਬ ਲਵਾਂਗੇ ਜ਼ਰੂਰ ਲਵਾਂਗੇ ਮੰਨ ਲੋਗੇ ਕਿਸ ਤਰ੍ਹਾਂ ਲਵੋਗੇ ਪਾਈ ਪਾਈ ਦਾ ਹਿਸਾਬ ਕੋਈ ਰੋਡ ਮੈਪ ਬਣਾਇਆ ਹੁੰਦਾ ਕੁਝ ਪਾਈ ਪਾਈ ਦਾ ਕਿਸ ਤਰ੍ਹਾਂ ਹਿਸਾਬ ਲੈ ਲੋਗੇ ਅਗਲੇ ਦਾ ਦਿਲ ਕੀਤਾ ਪੰਜਾਬ ਦੇਸ਼ 'ਚ ਰਹਿੰਦੇ ਸੀ ਕਿ ਉਹਨਾਂ ਨੂੰ ਉਹਨਾਂ ਨੂੰ ਲੱਗਾ ਨਹੀਂ ਠੀਕ ਹੈ ਬੋਰਡ ਅਗਲੇ ਨੂੰ ਉਤਾਰ ਤੇ ਭਾਵੇਂ ਪ੍ਰਾਈਵੇਟ ਪ੍ਰਾਪਰਟੀ ਤੇ ਭਾਵੇਂ ਸਰਕਾਰੀ ਪ੍ਰਾਪਰਟੀ ਐ ਚ ਕੋਈ ਇਹ ਚ ਹਿਸਾਬ ਲੈਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੀ ਵਿੱਚ ਜੋ ਤਾਂ ਤੁਸੀਂ ਕਹਿੰਦੇ ਹੋ ਕਿ ਸੰਤਾਂ ਦੇ ਫੋਟੋਆਂ ਤੇ ਜਾ ਕੇ ਅਸੀਂ ਕਾਲਕਪੋਤਾਂਗੇ ਜਾਂ ਕਰਾਂਗੇ ਲੱਗਦਾ ਤੁਸੀਂ ਵੀ ਤੇ ਡੈਮੋਕਰੇਟਿਕ ਨੂੰ ਗਲਤ ਕਰਦੇ ਹੋ ਨਾ ਆਪਣੇ ਸਿਆਸੀ ਗੁਰੂ ਵਾਸਤੇ ਤੁਸੀਂ ਕੁਝ ਵੀ ਕਰਦੇ ਹੋਗੇ ਸੰਤ ਕੌਣ ਕਹਿੰਦਾ ਉਹਨੂੰ ਤੁਸੀਂ ਸੰਤ ਮੰਨਦੇ ਹੋਵੋਗੇ ਸਾਡੇ ਵਾਸਤੇ ਉਹ ਸੰਤ ਨਹੀਂ ਆ ਸਾਡੇ ਵਾਸਤੇ ਤੇ ਅਤ ਵਧੀਆ ਸੀਗਾ ਜਿਹਨੇ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਸੀਗਾ ਮੇਰੇ ਨਾਲੋਂ ਜ਼ਿਆਦਾ ਮੀਡੀਆ ਜਾਣਦਾ ਮੀਡੀਆ ਕੋ ਆਨ ਰਿਕਾਰਡ ਸਾਰਾ ਡਾਟਾ ਵੀ ਪਿਆ ਪੜਤਾਲ ਕਰ ਲਿਓ ਲੱਖਾਂ ਇਤਰਾਜਯੋਗ ਸਮਗਰੀ ਤੋਂ ਨੂੰ ਦਾ ਰਿਕਾਰਡ ਆਊਗਾ ਤੁਹਾਡੇ ਹੱਥਾਂ ਦੇ ਵਿੱਚ ਕਿਹੜੀਆਂ ਲਫ਼ਜ਼ਾਂ ਦੇ ਤੁਸੀਂ ਉਹਨੂੰ ਸੰਤ ਕਹਿੰਦੇ ਹੋ ਲੋਕਾਂ ਦੀਆਂ 3 ਭੈਣਾਂ ਦੇ ਨਾਲ ਬਲਾਤਕਾਰ ਕੀਤਾ ਇਸ ਕਰਕੇ ਉਹਨੂੰ ਸੰਤ ਦੀ ਉਪਾਦੀ ਦਿੰਦੇ ਹੋ ਪੰਜਾਬ ਦੇ ਵਿੱਚ ਲੁੱਟਕਸੁੱਟ ਮਚਾ ਰੱਖੀ ਉਹਨੇ ਇਸ ਕਰਕੇ ਸੰਤ ਦੀ ਉਪਾਦੀ ਦਿੰਦੇ ਹੋ ਹਿੰਦੂ ਪਰਿਵਾਰ ਕਈ ਕਤਲ ਕਰਵਾ ਛੱਡੇ ਸਾਡੇ ਪਿੰਡ ਦੇ ਵਿੱਚ ਕਈ ਹਿੰਦੂ ਪਰਿਵਾਰ ਸੀਗੇ ਪੂਰਾ ਪੂਰਾ ਪਰਿਵਾਰ ਇਹਦੇ ਸਾਥੀਆਂ ਨੇ ਮਰਵਾਤਾ ਬੇ ਇਤਿਹਾਸ਼ਾ ਅਣਗਿਣਤ ਹਥਿਆਰ ਸੀਗਾ ਕੀ ਗੱਲ ਹਥਿਆਰਾਂ ਦੇ ਸਿਰ ਤੇ ਇਹਨੂੰ ਸੰਤ ਮੰਨਦੇ ਹੋ ਤੁਸੀਂ ਕਿਹੜੇ ਤਰੀਕੇ ਨਾਲ ਇਹਨੂੰ ਸੰਤ ਕਹ ਦਿੰਦੇ ਹੋ ਅਸੀਂ ਇਹਨੂੰ ਸੰਤ ਨਹੀਂ ਮੰਨਦੇ ਨਾ ਇਹ ਸਾਡੇ ਵਾਸਤੇ ਸੰਤ ਹੈਗਾ ਤੇ ਨਾ ਹੀ ਅਸੀਂ ਇਹਨੂੰ ਸੰਤ ਬਣਨ ਦੇਣਾ ਸਿੱਖ ਕੌਮ ਦੇ ਲਈ ਤੇ ਉਹ ਸੰਤ ਹੀ ਨਹੀਂ ਆ ਤੁਹਾਡੇ ਵਾਸਤੇ ਨਾ ਹੋਣਗੇ ਤਾਂ ਤੁਸੀਂ ਨਾ ਮੰਨੋ ਉਹਨਾਂ ਨੂੰ ਉਹਨਾਂ ਵਾਸਤੇ ਸੰਤ ਹੈ ਤੇ ਉਹ ਆਪਣੀ ਜਿਹੜੀ ਉਹਨਾਂ ਦੀ ਹੈਗੀ ਆ ਜਿਸ ਤਰ੍ਹਾਂ ਤੁਸੀਂ ਜਗਦੀਸ਼ ਰਾਇਦਰ ਨੂੰ ਆਪਣਾ ਗੁਰੂ ਮੰਨਦੇ ਹੋ ਉਹਨਾਂ ਵਾਸਤੇ ਸੰਤ ਨੇ ਤੇ ਉਹ ਮੰਨਦੇ ਹੋ ਤੁਸੀਂ ਤੁਸੀਂ ਕਿਸ ਚੀਜ਼ ਦੀ ਤੁਹਾਨੂੰ ਕਿਸ ਕਿਸ ਚੀਜ਼ ਦੀ ਢਿੱਡਪੀੜ ਹੁੰਦੀ ਆ ਜੋ ਕਿ ਕਿਸੇ ਨੂੰ ਸੰਤ ਕਹਿੰਦੇ ਨੇ ਤੇ ਉਹੀ ਗੱਲ ਫਿਰ ਇਹਨਾਂ ਨੂੰ ਮੇਰੇ ਬੋੜ ਲੱਗੇ ਤੇ ਕੀ ਤਰ੍ਹਾਂ ਸੀਗਾ ਕੀ ਪ੍ਰੂਫ ਹੈਗਾ ਕਿ ਟਾਈਟਲਰ ਸਾਹਿਬ ਜੋ ਵੀ ਇਹ ਬੇਬੁਨਿਆਦ ਗੱਲਾਂ ਕਰਦੇ ਨੇ ਉਹਨਾਂ ਦੇ ਵਿੱਚ ਕੋਈ ਉਹਨਾਂ ਦਾ ਰੋਲ ਹੈਗਾ ਗੱਲ ਦੇ ਤਤ ਦੇ ਆਧਾਰ ਤੇ ਕਰੀਦੀ ਹੋਈ ਦੀ ਆ ਤਤ ਦੇ ਆਧਾਰ ਤੇ ਅਸੀਂ ਕਰਦੇ ਆ ਆ ਜਾਣ ਸਾਹਮਣੇ ਡਿਬੇਟ ਦੇ ਵਿੱਚ ਆ ਜਾਣ ਖੁੱਲੇ ਮੈਦਾਨ ਦੇ ਵਿੱਚ ਆ ਜਾਣ ਆਪਣੀ ਤਿਆਰੀ ਕਰਕੇ ਆਉਣ ਸਬੂਤਾ ਦੇ ਨਾਲ ਆਣ ਅਸੀਂ ਇਹ ਜਿਹੜੇ ਗੱਲ ਕਰਦੇ ਸੰਤਾ ਦੀ ਅਤਵਾਦੀਆ ਐਲਾਨਾਂਗੇ ਮਾਨਯੋਗ ਅਦਾਲਤਾਂ ਤੱਕ ਜਾਵਾਂਗੇ ਉਹਦੀ ਪੰਜਾਬ ਦੇ ਵਿੱਚ ਫੋਟੋ ਵੀ ਬੈਨ ਕਰਾਵਾਂਗੇ ਆ ਮਾਣਿਓ ਗ ਅਦਾਲਤਾਂ ਤੋਂ ਫੈਸਲਾ ਦਿਵਾਵਾਂਗੇ ਇਹਦੀ ਫੋਟੋ ਪੱਕੇ ਤੌਰ ਤੇ ਬੈਨ ਕਰਾ ਦੇਾਂਗੇ ਪਿੰਡਰਾਵਲੇ ਦੀ ਤਾਂ ਤੁਸੀਂ ਹੁਣ ਕੱਲ ਬਰਥਡੇ ਕਿਦਾਂ ਮਨਾਓਗੇ ਹੁਣ ਜੇ ਅਗਰ ਸਿੱਖ ਜਥੇਬੰਦੀਆਂ ਨੇ ਜੀ ਵਿਰੋਧ ਕੀਤਾ ਤੁਸੀਂ ਕਿਸ ਤਰ੍ਹਾਂ ਬਰਥਡੇ ਮਨਾ ਲੋਗੇ ਕੁਝ ਹੈ ਪ੍ਰੋਪ ਮੈਡ ਬਣਾਇਆ ਕਿ ਕੱਲ ਜੇ ਬਰਥਡੇ ਤੇ ਮਨਾਇਆ ਕਰਦਾ ਚਾਹੇਗਾ ਉਹ ਬਿਲਕੁਲ ਜਿਉਂਦੇ ਜਾਗਦੇ ਬੈਠੇ ਆ ਕੋਈ ਡਰ ਨਹੀਂਗੇ ਬੇਬਾਕ ਹੋ ਕੇ ਬੈਠੇ ਆ ਮਨਾਵਾਂਗੇ ਜ਼ਰੂਰ ਮਨਾਵਾਂਗੇ ਮਜੀਠਾ ਰੋਡ ਤੇ ਸੈਲੀਬ੍ਰੇਟ ਕਰਾਂਗੇ ਵਧਾਈਆਂ ਸੀਗੀਆਂ ਵਧਾਈਆਂ ਵਾਲੇ ਮੇਰੇ ਸਾਥੀ ਸੱਜਣਾ ਨੇ ਪਹਿਲੋ ਕੇਕ ਸੈਲੀਬ੍ਰੇਟ ਕੀਤਾ ਪਹਿਲੋ ਕੇਕ ਕੱਟੇ ਕੱਲ ਵੀ ਟਾਈਟਲਰ ਸਾਹਿਬ ਦਾ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਜਨਮ ਦਿਨ ਮਨਾਇਆ ਜਾਊਗਾ ਜਿਹੜੇ ਅਖੌਤੀ ਨੇਂਗਾਂ ਨੂੰ ਤਕਲੀਫ ਆ ਜਿਹੜੇ ਅੱਤਵਾਦੀਆਂ ਨੂੰ ਤਕਲੀਫ ਆ ਜਿਹੜੇ ਖਾਲਿਸਤਾਨੀ ਸਮਰਤਕਾਂ ਸਮਰਥਕਾਂ ਨੂੰ ਤਕਲੀਫ ਆ ਇਹਨਾਂ ਨੂੰ ਖੁੱਲਾ ਸੱਦਾ ਜਿੱਥੇ ਮਰਜ਼ੀ ਜਿੱਦਾਂ ਮਰਜ਼ੀ ਜੇ ਯੁਰਤ ਰੱਖਦੇ ਹੋ ਜਿੱਦਾਂ ਤੁਸੀਂ ਪਹਿਲੋ ਕਿਹਾ ਕਿ ਮੈਂ ਤੁਹਾਨੂੰ ਕਿਹੜੇ ਵੇਲੇ ਉਥੋਂ ਭੱਜਦਾ ਵਿਖਿਆ ਜਿਨ੍ਹਾਂ ਨੇ ਮੇਰੇ ਬੋਰਡ ਲਾਉਣੇ ਸੀਗੇ ਮੇਰੇ ਤੱਕ ਪਹੁੰਚ ਕਰਦੇ ਮੈਨੂੰ ਇਨਫੋਰਮ ਕਰਕੇ ਬੋਰਡ ਲਾਉਂਦੇ ਇਹਨਾਂ ਦੀ ਕੀ ਯੁਰਤ ਸੀਗੀ ਉਥੇ 10 ਮਿੰਟ ਵੀ ਖੜੇ ਜਾਂਦੇ ਸੱਚ ਦੇ ਸੱਚ ਦੇ ਖੜੇ ਆ ਸੱਚ ਦੇ ਪਹਿਰਾ ਦੇਣ ਆਉਂਦਾ ਵਾ ਕਿੱਥੇ ਮਨਾ ਰਹੇ ਹੋ ਕੱਲ ਫਿਰ ਜਨਮ ਦੇ ਨਾਲ ਜੇ ਸਿੱਖ ਕੌਮ ਤੁਹਾਨੂੰ ਮਿਲਣਾ ਚਾਵੇ ਤੇ ਫਿਰ ਕਿੱਥੇ ਮਿਲੇ ਤੁਹਾਨੂੰ ਜੇਕਰ ਤੁਸੀਂ ਕਹਿ ਰਹੇ ਹੋ ਕਿ ਬਰਥਡੇ ਮਨਾਣਾ ਚਾਹੁੰਦੇ ਉਹਨਾਂ ਦਾ ਕਿੱਥੇ ਮਨਾਣਾ ਚਾਹੋਗੇ ਤੁਸੀਂ ਉਹਨਾਂ ਨੂੰ ਖੁੱਲਾ ਚੈਲੰਜ ਦਿੰਦੇ ਹੋ ਸੀ ਬਿਲਕੁਲ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਦੇ ਮਨਾਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਮਨਾਵਾਂਗੇ ਗੁਰੂ ਗ੍ਰੰਥ ਸਾਹਿਬ ਦੇ ਹਜੂਰੇ ਦੀ ਵਿੱਚ ਗ੍ਰੰਥੀ ਸਿੰਘਾ ਤੋਂ ਅਰਦਾਸ ਵੀ ਕਰਾਈ ਸੀ ਅਰਦਾਸ ਕਰਾਂਗੇ ਵੀ ਤੇ ਅਰਦਾਸ ਕਰਦੇ ਰਾਵਾਂਗੇ ਵੀ ਬਿਲਕੁਲ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਮਾਨਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਦਾ ਕੱਲ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਾਂ ਮੈਂ ਅੱਜ ਦਾ ਨਹੀਂ ਟਾਈਟਲਰ ਸਾਹਿਬ ਦਾ ਜਨਮ ਦਿਨ ਮਨਾਉਂਦਾ ਪਿਆ ਕੋਵਿਡ-19 ਦੀਆਂ ਹਦਾਇਤਾਂ ਸਾਡੀਆਂ ਬੜੀਆਂ-ਵੱਡੀਆਂ ਮਜਬੂਰੀਆਂ ਨੇ ਜਿਹਦੇ ਕਰਕੇ ਸਾਨੂੰ ਅੱਜ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਸੈਲੀਬ੍ਰੇਟ ਕਰਨਾ ਪੈਂਦਾ ਪਿਆ ਨਹੀਂ ਤੇ ਦਿੱਲੀ ਦੇ ਵਿੱਚ ਮੇਰੇ ਹਰ ਸਾਲ ਬੂਡ ਲੱਗਦੇ ਨੇ ਦਿੱਲੀ ਦੇ ਵਿੱਚ ਵੀ ਸਿੱਖ ਵਸਦੇ ਨੇ ਦਿੱਲੀ ਦੇ ਵਿੱਚ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਦਿੱਲੀ ਦੇ ਵਿੱਚ ਇੰਨਾ ਵਰਗੇ ਝੂਠੇ ਕੋਹਤੀ ਗਦਾਰ ਕੌਮ ਦੇ ਗਦਾਰ ਨਹੀਂ ਹੈਗੇ ਕਿਤਾ ਤੂੰ ਕੌਮ ਦੇ ਗਦਾਰ ਉਹਨਾਂ ਨੂੰ ਕਹਿ ਰਿਹਾ ਸਿਆ ਕੌਮ ਦੇ ਗਦਾਰੀ ਨੇ ਬਰਗਾੜੀ ਕਾਂਡ ਹੋਇਆ ਕੀ ਫੈਸਲੇ ਲੈ ਲੈ ਇਹਨਾਂ ਨੇ ਸਿੱਖ ਪੰਥਵਾਸੀ ਕਿਹੜੀਆਂ ਇਹਨਾਂ ਨੇ ਵੱਡੇ ਤੀਰ ਮੰਡ ਸਰਕਾਰ ਹੁਣ ਪੰਜਾਬ ਦੇ ਮੌਜੂਦ ਆ ਤੁਸੀਂ ਦਿਓ ਟੰਗੋ ਜਿਹੜੇ ਬਰਗਾੜੀ ਦੇ ਅੱਗੇ ਸੀਗੇ ਦੋਸ਼ੀ ਸੀਗੇ ਟੰਗੋ ਉਹਨਾਂ ਨੂੰ ਮਾਣਿਓਂਗ ਅਦਾਲਤਾਂ ਦੇ ਫੈਸਲੇ ਨੇ ਮਾਣਿਓਂਗ ਅਦਾਲਤਾਂ ਦੇ ਫੈਸਲੇ ਨੇ ਇਨਕੁਆਰੀਆਂ ਚੱਲਦੀਆਂ ਪਈਆਂ ਨੇ ਜਿਹੜੀ ਸਾਡੀ ਕਾਂਗਰਸ ਪਾਰਟੀ ਆ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੀ ਲੜਾਈ ਲੜਦੀ ਪਈ ਆ ਪਿਛਲੇ ਸਾਲਾਂ ਦੀ ਗੱਲ ਕਰ ਲੋ 10 ਸਾਲ ਰੋਲ ਛੱਡਿਆ ਪੰਜਾਬ ਦੀ ਕਿਸਾਨੀ ਦੇ ਜਵਾਨੀ ਨੂੰ ਕੁਰਾਇ ਪਾਤਾ ਸੀਗਾ ਪੰਜਾਬ ਨੂੰ ਹੁਣ 3 ਸਾਲ ਹੋ ਚੱਲੇ ਆ ਕਾਂਗਰਸ ਸਰਕਾਰ ਨੂੰ ਆਈ ਨੂੰ ਸੁਚੱਜੇ ਟੰਗ ਦੇ ਨਾਲ ਮਾਨਯੋਗ ਸ਼੍ਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਹੇਠ ਸਰਕਾਰ ਚੱਲਦੀ ਪਈ ਆ ਬੜੇ ਵਧੀਆ ਤਰੀਕੇ ਨਾਲ ਲੀਆਂ ਤੇ ਲੈ ਕੇ ਆਉਂਦੇ ਪਏ ਨੇ ਵੇਖੋ ਭਾਂਡਾ ਗੰਦਾ ਹੋਵੇ ਨਾ ਕਾਲੋ ਦੇ ਨਾਲ ਲਿਬੜਿਆ ਹੋਵੇ ਉਹਨੂੰ ਧੋਂਦਿਆ ਧੋਂਦਿਆ ਟਾਈਮ ਲੱਗਦਾ ਜ਼ਰੂਰ ਇਸ ਕਰਕੇ ਤੁਸੀਂ ਟੰਗਣ ਦੀ ਗੱਲ ਕੀਤੀ ਵੀ ਸਰਕਾਰਾਂ ਕੰਮ ਕਰਦੀਆਂ ਪਈਆਂ ਨੇ ਏਜੰਸੀਆਂ ਕੰਮ ਕਰਦੀਆਂ ਪਈਆਂ ਨੇ ਉਹ ਕਿਸੇ ਦਬਾਹੇਟ ਨਹੀਂ ਆ ਇਹ ਨਹੀਂ ਹੈ ਕਿ ਕਾਂਗਰਸ ਦੀ ਸਰਕਾਰ ਆ ਕਿਸੇ ਨੇ ਨਜਾਇਜ਼ ਕਰੂ ਕਿੰਨਾ ਕਿ ਕਿਸੇ ਨੇ ਨਜਾਇਜ਼ ਕਰਤਾ 350 ਲੰਘੇ 150 ਰਹਿ ਗਿਆ ਸਿਰਫ ਕਦੋਂ ਤੱਕ ਟੰਗੋਗੇ ਕੀ ਪਤਾ ਅਗਲੀ ਵਾਰ ਮੌਕਾ ਮਿਲਣਾ ਕਿ ਨਹੀਂ ਮਿਲਣਾ ਕਾਂਗਰਸ ਨੂੰ ਭਾਈ ਸਾਹਿਬ ਮੈਂ ਤੇ ਪਹਿਲਾਂ ਹੀ ਤੁਹਾਨੂੰ ਕਿਹਾ ਵਾ ਮੈਂ ਕੋਈ ਪਰਸਨਲ ਟਿੱਪਣੀ ਨਹੀਂ ਕਰਨਾ ਚਾਹੁੰਦਾ ਗੰਦਾ ਭਾਂਡਾ ਹੋਵੇ ਉਹਨੂੰ ਧੋਣ ਲੱਗਿਆ ਜਰੂਰ ਸਮਾਂ ਲੱਗਦਾ ਵਾ ਇਹ ਕੋਈ ਛੋਟੀਆਂ ਮੋਟੀਆਂ ਇਨਕੁਆਰੀਆਂ ਨਹੀਂ ਆ ਇਹ ਆਟਾ ਨਹੀਂ ਆ ਦੋ ਪੋਕਾਡਾ ਪਾਇਆ ਇੱਕ ਗਲਾਸ ਪਾਣੀ ਛੁੱਟਿਆ ਤੇ ਉਹਨੂੰ ਗੁੰਨ ਲਿਆ ਨਹੀਂ ਕਾਂਗਰਸ ਪਾਰਟੀ ਇਨਸਾਫ ਪਸੰਦ ਪਾਰਟੀ ਆ ਇਨਕੁਆਰੀ ਹੁੰਦਿਆਂ ਹੁੰਦਿਆਂ ਟਾਈਮ ਲੱਗਦਾ ਵਾ ਨਾਜਾਇਜ਼ ਨਹੀਂ ਕਾਂਗਰਸ ਪਾਰਟੀ ਕਦੀ ਕਿਸੇ ਨਾਲ ਕਰਦੀ ਤੇ ਨਾ ਹੀ ਕਾਂਗਰਸ ਪਾਰਟੀ ਨਾਜਾਇਜ਼ ਦੇ ਹੱਕੇ ਦੇ ਵਿੱਚ ਆ ਬੜੇ ਸੁਚੱਜੇ ਤੇ ਸਾਫ਼ ਸੁਥਰੇ ਤਰੀਕੇ ਦੇ ਨਾਲ ਇਨਕੁਆਰੀ ਚੱਲਦੀ ਪਈ ਆ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਜ਼ਰੂਰ ਸਜ਼ਾਾਂ ਮਿਲਣਗੇ ਉਹਨਾਂ ਨੂੰ ਫਿਰ ਦੁਬਾਰਾ ਬੋਟ ਤੇ ਉਹਨਾਂ ਵਾਂ ਕੀ ਬੋਡ ਲਵਾ ਕੇ ਕਿਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਕਿਆ ਲੱਗਦਾ ਨਹੀਂ ਪੰਜਾਬ ਨੂੰ ਦੁਬਾਰਾ ਅੱਗ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਪਤਾ ਸੀਗਾ ਕਿ ਇਹ ਮੁੱਦਾ ਬਹੁਤ ਗਰਮਾਜਣਾ ਸੀਗਾ ਤੁਹਾਨੂੰ ਵੀ ਪਤਾ ਸੀਗਾ ਹੋ ਸਕਦਾ ਪਤਾ ਵੀ ਹੋਵੇ ਲੇਕਿਨ ਕਿਆ ਲੱਗਦਾ ਨਹੀਂ ਸੀ ਕਿ ਮੁੱਦਾ ਗਰਮਾਉਣ ਵਾਸਤੇ ਤੁਸੀਂ ਸਾਰੇ ਜੇ ਜਾਣਬੁੱਝ ਕੇ ਤਾਂ ਨਹੀਂ ਸਾਰਾ ਕੁਝ ਕੀਤਾ ਗਿਆ ਕਿ ਪੰਜਾਬ ਨੂੰ ਦੁਬਾਰਾ ਅਗੇ ਚ ਲੈ ਜਾਂਦਾ ਜਾਵਾਂ ਦੋ ਚਾਰ ਪਹਿਲੋ ਦੋ ਚਾਰ ਦਿਨ ਪਹਿਲੋ ਦੀ ਗੱਲ ਆ ਮੋਗੇ ਦੇ ਵਿੱਚ ਕੀ ਹੋਇਆ ਕਿਹੜੀ ਘਟਨਾ ਵਾਪਰੀ ਸੀਗੀ ਉੱਥੇ ਕਿਸੇ ਸ਼ਰਾਰਤੀ ਅੰਸਰ ਨੇ ਖਾਲਿਸਤਾਨ ਸਮਰਥਕ ਨੇ ਖਾਲਿਸਤਾਨ ਦਾ ਝੰਡਾ ਚੜਾਤਾ ਉੱਥੇ ਕੀ ਗੱਲ ਆ ਪੰਜਾਬ ਦੇ ਹਿੰਦੁਸਤਾਨ ਦੀ ਅਖੰਡਤਾ ਨੂੰ ਭੰਗ ਕਰਨ ਦੀ ਗੱਲ ਨਹੀਂ ਸੀਗੀ ਮੈਂ ਮੁਰਦੋ ਤੁਹਾਨੂੰ ਪੁੱਛਣਾ ਚਾਹੁੰਨਾ ਵਾ ਤੁਸੀਂ ਵੀ ਕਿਹੜੇ ਭਰਮ ਭਲੇਖੇ ਦੇ ਵਿੱਚ ਫਸੇ ਹੋ ਹੋ ਕਿਹੜੀਆਂ ਇਹੋ ਜਿਹਾ سنگੀਨ ਧਰਾਵਾਂ ਲੱਗੀਆਂ ਟਾਈਟਲਰ ਸਾਹਿਬ ਤੇ ਜਿਨ੍ਹਾਂ ਦੇ ਕਰਕੇ ਤੁਸੀਂ ਵੱਖ-ਵੱਖ ਵੰਡੀਆਂ ਦੀ ਗੱਲ ਕਰਦੇ ਆ ਮੈਨੂੰ ਜਾਣੂ ਕਰਵਾਓ ਅਸੀਂ ਮੈਂ ਚਰਚਾ ਕਰਨ ਨੂੰ ਤਿਆਰ ਹਾਂ ਤੁਹਾਡੇ ਨਾਲ ਤੁਹਾਨੂੰ ਪਤਾ ਕਿ ਕੋਰਟ ਦੇ ਫੈਸਲਿਆਂ ਨੂੰ ਸਿੱਕਾ ਉਹ ਜਲਦੀ ਨਹੀਂ ਮੰਨਦੀ ਉਹਨਾਂ ਨੂੰ ਤੁਹਾਨੂੰ ਪਤਾ ਵੀ ਇਸ ਚੀਜ਼ ਨੂੰ ਲੇਕਿਨ ਉਹ ਖੁਦ ਮੰਨਦੇ ਕਿ ਇਹਨਾਂ ਨੇ ਜਿਹੜੇ ਦੰਗੇ ਪੜਕਾਉਂਦੇ ਮੁੱਖ ਦੋਸ਼ੀ ਨੇ ਉਹ ਹਮੇਸ਼ਾ ਕਹਿੰਦੇ ਨੇ ਅਜਿਨੇ ਕਹਿੰਦੇ ਉਹ ਕਹਿੰਦੇ ਨੇ ਸਿੱਕ ਕੌਮ ਦੇ ਦੰਗੇ ਪੜਗਾਉਂਦੇ ਮੁੱਖ ਦੋਸ਼ੀ ਨੇ ਤੇ ਤੁਹਾਨੂੰ ਪਤਾ ਹੈ ਕਿ ਜੇ ਅੰ ਦੰਗੇ ਪੜਗਾਉਂਦੇ ਮੁੱਖ ਦੋਸ਼ੀ ਤੇ ਨਾ ਤਸਵੀਰਾਂ ਲਾਂਦੇ ਆਰਾਮ ਨਾਲ ਮਨਾ ਲੈਂਦੇ ਬਰਥਡੇ ਜਿਵੇਂ ਤੁਸੀਂ ਕਹਿੰਦੇ ਅੱਗੇ ਕੋਵਿਡ-19 ਨਾ ਹੁੰਦਾ ਤਾਂ ਦਿੱਲੀ ਜਾ ਕੇ ਮਨਾ ਲੈਂਦੇ ਨਹੀਂ ਹੁੰਦਾ ਤੇ ਆਪਣੇ ਸੋਸ਼ਲ ਮੀਡੀਆ ਤੇ ਪਾ ਲੈਂਦੇ ਕਹ ਲੱਗਦਾ ਨਹੀਂ ਹੈ ਕਿ ਵਾਕਈ ਜਾਨਵੋਚ ਕੇ ਸਭ ਕੁਝ ਕੀਤਾ ਗਿਆ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਤੁਸੀਂ ਮੇਰੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹੋ ਕਿ ਤੁਸੀਂ ਮੇਰੇ ਹੱਕਾਂ ਨੂੰ ਖੋਣਾ ਚਾਹੁੰਦੇ ਹੋ ਮੇਰੇ ਹੱਕਾਂ ਨੂੰ ਨੋਚਣਾ ਚਾਹੁੰਦੇ ਹੋ ਜਿੰਨੇ ਤੁਹਾਨੂੰ ਹੱਕਾ ਉਹਨੇ ਮੈਨੂੰ ਵੀ ਹੱਕਾ ਰਹੀ ਗੱਲ ਤੁਸੀਂ ਕਿ ਕਿ ਸਿੱਖ ਕਾਮ ਅਦਾਲਤ ਅਦਾਲਤਾਂ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕਰਦੀ ਤੇ ਅੱਤਵਾਦੀ ਜਗਤਾਰ ਹਵਾਰੇ ਨੂੰ ਅਦਾਲਤਾਂ ਨੇ ਬਰੀ ਕਰਤਾ ਉਦੋਂ ਕਾਦੀਆਂ ਖੁਸ਼ੀਆਂ ਸੀਗੀਆਂ ਇਹਨਾਂ ਨੂੰ ਕਾਦੀਆਂ ਇਹਨਾਂ ਕਾਦੇ ਲੱਡੂ ਵੰਡੇ ਸੀਗੇ ਅਸੀਂ ਤੇ ਉਦੋਂ ਇਹਦੀ ਖੁਸ਼ੀ ਤੇ ਕੋਈ ਵਿਰੋਧ ਜ਼ਾਹਰ ਨਹੀਂ ਕੀਤਾ ਇਸ ਕਰਕੇ ਮੈਂ ਭਾਈ ਸਾਹਿਬ ਸਾਰਿਆਂ ਨੂੰ ਬੇਨਤੀ ਕਰਦਾ ਸੀ ਪਰਮਪਲੇਖਿਆ ਜੋ ਨਿਕਲੀਏ ਪੰਜਾਬ ਦੀ ਕਿਸਾਨੀ ਤੇ ਜਵਾਨੀ ਦੀ ਗੱਲ ਕਰੀਏ ਪੰਜਾਬ ਦੇ ਭਵਿੱਖ ਦੀ ਗੱਲ ਕਰੀਏ ਇਹ ਜਿਹੜੇ ਹੈਗੇ ਨੇ ਪੰਥ ਦੇ ਅਗੂ ਆਪਣੇ ਆਪ ਨੂੰ ਕਹਿੰਦੇ ਘੁਆਉਂਦੇ ਨੇ ਇਹਨਾਂ ਦੀ ਰਣਨੀਤੀ ਆ ਪੰਜਾਬ ਦੀ ਜਵਾਨੀ ਨੂੰ ਕਿਰਾਏ ਪਾਉਣ ਦੀ ਗੱਲ ਕਰਦੇ ਪਏ ਨੇ ਇਹ ਹੁਣ ਰੈਫਰੈਂਡਮ ਕਾਦਾ ਕਰਵਾਉਂਦੇ ਪਏ ਸੀਗੇ ਕੀ ਗੱਲ ਆ ਦੇਸ਼ ਦੇ ਅਖੰਡਤਾ ਨੂੰ ਰੈਫਰੈਂਡਮ ਦਾ ਕੋਈ ਡਰ ਨਹੀਂ ਆ ਤੁਸੀਂ ਰੈਫਰੈਂਡਮ ਦੇ ਹੱਕ ਦੇ ਵਿੱਚੋਂ ਜਿਹੜੇ ਟਾਈਟਲਰ ਸਾਹਿਬ ਦੇ ਖਿਲਾਫ ਇਹਨਾਂ ਜੋ ਵੀ ਇਹਨਾਂ ਨੇ ਕਾਰਜਗਾਰੀ ਅੱਜ ਦੀ ਸੀਗੀ ਉਹਨਾਂ ਦੀ ਹਮਾਇਤ ਕਰਦੇ ਪਿਓ ਟਾਈਟਲਰ ਸਾਹਿਬ ਵਿਦਾਖ ਨੇ ਵਿਦਾਖ ਸੀਗੇ ਵਿਦਾਖ ਨੇ ਜਿਨ੍ਹਾਂ ਨੂੰ ਵੀ ਤੁਸੀਂ ਦੰਗਿਆਂ ਦੀ ਗੱਲ ਕਰਦੇ ਜਿਨ੍ਹਾਂ ਨੂੰ ਵੀ ਦੰਗਿਆਂ ਦੀਆਂ ਸਜ਼ਾਵਾਂ ਹੋ ਚੁੱਕੀਆਂ ਨੇ ਨਾ ਅਸੀਂ ਉਹਨਾਂ ਦੇ ਫੇਵਰ 'ਚ ਹੈਗੇ ਆਂ ਨਾ ਉਹਨਾਂ ਦੇ ਫੇਵਰ 'ਚ ਕਦੀ ਵੀ ਬੋਲਾਂਗੇ ਸੋ ਇਹ ਸਨ ਕਰਮਜੀਤ ਗਿੱਲ ਸਿੰਘ ਨਾਮ ਲਗਾਉਣ ਲੱਗੇ ਮੈਨੂੰ ਵੀ ਥੋੜੀ ਜੀ ਝਿਜਕਟਾ ਹਟ ਹੋ ਰਹੀ ਆ ਕਿ ਸਿੰਘ ਕਿੱਦਾਂ ਲਗਾਵਾ ਕਿਉਂਕਿ ਜੋ ਸਿੱਖ ਕੌਮ ਦੇ ਗद्दार ਔਰ ਸਿੱਖ ਕੌਮ ਦੇ ਲਈ ਜੋ ਸ਼ਬਦ ਇਸਤੇਮਾਲ ਕੀਤੇ ਗਏ ਸੀਗੇ ਉਹਨੂੰ ਲੈ ਕੇ ਖਾਸਾ ਵਿਵਾਦ ਜਿਹੜਾ ਸੀਗਾ ਉਹ ਜੁੜਿਆ ਰਿਹਾ ਹੈ ਜਗਦੀਸ਼ ਟਾਇਟਲਰ ਤੇ ਸੱਜਨ ਕੁਮਾਰ ਦੇ ਨਾਲ ਲੇਕਿਨ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਬੋਰਡ ਲਗਾਏ ਜਾਂਦੇ ਨੇ ਜਗਦੀਸ਼ ਟਾਇਟਲਰ ਦੇ ਲੇਕਿਨ ਬਰਥਡੇ ਸੈਲੀਬ੍ਰੇਸ਼ਨ ਦੇ ਜਿਹੜੇ ਬੋਰਡ ਉਹ ਲਗਵਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਕਿਹਾ ਹੀ ਜਾ ਰਿਹਾ ਕਿ ਫਿਰ ਦੁਬਾਰਾ ਤੋਂ ਬਰਥਡੇ ਵੀ ਮਨਾਇਆ ਜਾਏਗਾ ਔਰ ਬੋਰਡ ਵੀ ਲਗਾਏ ਜਾਣਗੇ ਹਾਲਾਂਕਿ ਜਿਨ੍ਹਾਂ ਨੇ ਬੋਰਡ ਪਾੜੇ ਨੇ ਉਹਨਾਂ ਖਿਲਾਫ ਕਾਰਵਾਈ ਦੀ ਵੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਇਹਨਾਂ ਨੇ ਇੱਕ ਫਿਰ ਚੈਲੰਜ ਵੀ ਕੀਤਾ ਕਿ ਜੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਬੋਰਡ ਲੱਗੇ ਨੇ ਉਹਨਾਂ ਤੇ ਵੀ ਕਾਲਖ ਪੋਤੀ ਜਾਏਗੀ ਅਤੇ ਕੱਲ ਜਗਦੀਸ਼ ਟਾਈਟਲ ਦਾ ਜਨਮ ਦਿਨ ਜ਼ਰੂਰ ਮਨਾਇਆ ਜਾਏਗਾ ਕੈਮਰਾਮੈਨ ਜਤਿਨ ਕੁਮਾਰ ਦਿਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ